ਗੱਲ ਜੀ, ਮੈਂ ਕਮੇਟੀ ਮੈਂਬਰ ਪ੍ਰਧਾਨ ਹਾਂ ਗੁਰਦੁਆਰੇ ਦਾ। ਮੈਂ ਗੁਰਦੁਆਰਿਓਂ ਜਾਂਦਾ ਸੀਗਾ, ਗੁਰਦੁਆਰੇ ਜਾਂਦਾ ਸੀ ਰਾਹ 'ਚ, ਅਤੇ ਅੱਗੋਂ ਇੱਕ ਕਰਵੇਜ ਬੈਠਾ ਰਾਹ 'ਤੇ। ਰਾਹ 'ਤੇ ਜਾ ਕੇ ਅਤੇ ਮੁੰਡਿਆਂ ਨੂੰ ਸੱਦ ਕੇ ਲਿਆ ਕੇ, ਉਰੇ ਜਿਹਨੂੰ ਪਹੀ ਮੋੜ ਲੱਗਾ, ਇਹਨੇ ਲੱਠਣਾ ਮਾਰਿਆ ਵੀ ਫੜ ਲਓ ਜਾਵੇ ਨਾ, ਉਹਨੇ ਜਾਵੇ ਨਾ ਫੜ ਲਓ ਢਾ ਲਓ। ਉਹ ਮੇਰੇ ਮਗਰ ਪੈ ਗਏ, ਉਹਨਾਂ ਨੇ ਠੁੱਕਣ ਲੱਗ ਪਏ ਚਾਰ ਪੰਜ ਜਣੇ, ਅਤੇ ਦਾੜੀ ਪੱਟੀ ਮੇਰੀ, ਇੱਕ ਕੁੱਟ ਕੱਟ ਕੇ, ਅਤੇ ਫਿਰ ਮੋਟਰਸਾਈਕਲ ਛੱਡ ਕੇ ਭੱਜ ਗਈ। ਪਹਿਲਾਂ ਮਾੜਾ ਮੋਟਾ ਝਗੜਾ ਹੋਇਆ, ਸਾਡਾ ਰਾਜੀਨਾਮਾ ਹੋਇਆ ਸੀਗਾ ਜੀ। ਹਾਂ, ਰਾਜੀਨਾਮਾ ਹੋਇਆ ਸੀਗਾ, ਚਾਰ ਮੈਂਬਰਾਂ ਦੇ ਅੰਗੂਠੇ ਲੱਗੇ ਸਾਰਿਆਂ ਦੇ, ਰਾਜੀਨਾਮਾ ਹੋਇਆ ਸੀ। ਇੱਕ ਮੁੜ ਕੇ ਫਿਰ ਮੁੰਡਾ ਆਇਆ ਬਾਹਰੋਂ ਇਹਦਾ, ਕਨੇਡਾ 'ਚੋਂ, ਉਹਨੇ ਆਣ ਕੇ ਕੰਮ ਕਰਾਇਆ। ਆਹ ਵੇਖੋ ਜੀ, ਦਾੜੀ ਪੱਟੀ ਮੇਰੀ, ਤਾੜੀ ਲਾਈ, ਪਹਿਰਾਂ 'ਚ ਰੋੜੀ ਹੈ, ਅਤੇ ਇੱਕ ਦਾੜੀ ਮੇਰੀ ਪੱਟੀ ਹੈ। ਮੁੜ ਕੇ ਮੈਨੂੰ ਕੁੱਟਿਆ ਇਹਨਾਂ ਨੇ। ਕੀ ਮੰਗ ਕਰਦੇ ਹੋ? ਹੈ ਜੀ, ਕਾਰਵਾਈ ਹੋਣੀ ਚਾਹੀਦੀ ਜੀ ਇਹਨਾਂ। ਮੈਂ ਗਿਆਨੀ ਅਮਰੀਸ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਜੀ, ਜੋ ਪਿੰਡ ਮਸੂਰਵਾਲ ਤੋਂ ਗਿਆਨੀ ਬਲਦੇਵ ਸਿੰਘ ਜੀ, ਜੋ ਉਹਨਾਂ ਦਾ ਝਗੜਾ ਹੋਇਆ ਸੀਗਾ, ਝਗੜੇ ਦੇ ਵਿੱਚ ਜੋ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਆ, ਉਹਨਾਂ ਦਾ ਦਾੜਾ ਸਾਹਿਬ ਪੱਟਿਆ ਗਿਆ, ਜੋ ਅੰਮ੍ਰਿਤਧਾਰੀ ਨੇ, ਇਸ ਵਾਸਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਨਾਂ 'ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਗਾ, ਅਸੀਂ ਸਾਰੀਆਂ ਹੀ ਜੋ ਜਥੇਬੰਦੀਆਂ ਰਲ ਕੇ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ। ਜੇ ਸਾਨੂੰ ਕਿਤੇ ਧਰਨਾ ਵੀ ਲਾਉਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ। ਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਸੂਰਵਾਲ ਕਲਾਂ, ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਰਸਤੇ ਵਿੱਚ ਪ੍ਰਦੀਪ ਕੁਮਾਰ ਅਤੇ ਤੇਨੇ ਦੇ ਨਾਲ ਰਣ ਪਛਾਤੇ ਨੌਜਵਾਨਾਂ ਨੇ ਕੁੱਟਮਾਰ ਕੀਤੀ, ਦਾੜੀ ਅਤੇ ਕੇਸ ਪੱਟਿਆ, ਪਗੜੀ ਉਤਾਰਤੀ ਸੀ। ਇਸ ਦੇ ਖਿਲਾਫ਼ ਅਸੀਂ ਧਾਰਾ 341, 323, 292, 34 ਆਈ ਪੀ ਸੀ ਤਹਿਤ ਪਰਚਾ ਦਰਜ ਕਰਤਾ ਹੈ। ਦੋਸ਼ੀਆਂ ਦੀ ਪਾਲ ਜਾ ਰਹੀ ਹੈ, ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਓ। ਗੱਲ ਜੀ, ਮੈਂ ਕਮੇਟੀ ਮੈਂਬਰ ਪ੍ਰਧਾਨ ਹਾਂ ਗੁਰਦੁਆਰੇ ਦਾ। ਮੈਂ ਗੁਰਦੁਆਰਿਓਂ ਜਾਂਦਾ ਸੀਗਾ, ਗੁਰਦੁਆਰੇ ਜਾਂਦਾ ਸੀ ਰਾਹ 'ਚ, ਅਤੇ ਅੱਗੋਂ ਇੱਕ ਕਰਵੇਜ ਬੈਠਾ ਰਾਹ 'ਤੇ। ਰਾਹ 'ਤੇ ਜਾ ਕੇ ਅਤੇ ਮੁੰਡਿਆਂ ਨੂੰ ਸੱਦ ਕੇ ਲਿਆ ਕੇ, ਉਰੇ ਜਿਹਨੂੰ ਪਹੀ ਮੋੜ ਲੱਗਾ, ਇਹਨੇ ਲੱਠਣਾ ਮਾਰਿਆ ਵੀ ਫੜ ਲਓ ਜਾਵੇ ਨਾ, ਉਹਨੇ ਜਾਵੇ ਨਾ ਫੜ ਲਓ ਢਾ ਲਓ। ਉਹ ਮੇਰੇ ਮਗਰ ਪੈ ਗਏ, ਉਹਨਾਂ ਨੇ ਠੁੱਕਣ ਲੱਗ ਪਏ ਚਾਰ ਪੰਜ ਜਣੇ, ਅਤੇ ਦਾੜੀ ਪੱਟੀ ਮੇਰੀ, ਇੱਕ ਕੁੱਟ ਕੱਟ ਕੇ, ਅਤੇ ਫਿਰ ਮੋਟਰਸਾਈਕਲ ਛੱਡ ਕੇ ਭੱਜ ਗਈ। ਪਹਿਲਾਂ ਮਾੜਾ ਮੋਟਾ ਝਗੜਾ ਹੋਇਆ, ਸਾਡਾ ਰਾਜੀਨਾਮਾ ਹੋਇਆ ਸੀਗਾ ਜੀ। ਹਾਂ, ਰਾਜੀਨਾਮਾ ਹੋਇਆ ਸੀਗਾ, ਚਾਰ ਮੈਂਬਰਾਂ ਦੇ ਅੰਗੂਠੇ ਲੱਗੇ ਸਾਰਿਆਂ ਦੇ, ਰਾਜੀਨਾਮਾ ਹੋਇਆ ਸੀ। ਇੱਕ ਮੁੜ ਕੇ ਫਿਰ ਮੁੰਡਾ ਆਇਆ ਬਾਹਰੋਂ ਇਹਦਾ, ਕਨੇਡਾ 'ਚੋਂ, ਉਹਨੇ ਆਣ ਕੇ ਕੰਮ ਕਰਾਇਆ। ਆਹ ਵੇਖੋ ਜੀ, ਦਾੜੀ ਪੱਟੀ ਮੇਰੀ, ਤਾੜੀ ਲਾਈ, ਪਹਿਰਾਂ 'ਚ ਰੋੜੀ ਹੈ, ਅਤੇ ਇੱਕ ਦਾੜੀ ਮੇਰੀ ਪੱਟੀ ਹੈ। ਮੁੜ ਕੇ ਮੈਨੂੰ ਕੁੱਟਿਆ ਇਹਨਾਂ ਨੇ। ਕੀ ਮੰਗ ਕਰਦੇ ਹੋ? ਹਾਂਜੀ, ਕਾਰਵਾਈ ਹੋਣੀ ਚਾਹੀਦੀ ਜੀ ਇਹਨਾਂ।